ਵਾਰਸਵਾਦ ਹੈ। ਅਸੀਂ ਸਾਰੇ ਲੰਗਰ ਦੇ ਵਾਸੀਆਂ ਨੇ ਰਲ ਕੇ ਜੋ ਅੱਜ ਦੁਨੀਆ ਦੀ ਲੜਾਈ ਆ, ਕੁਦਰਤੀ ਕਰੋਪੀ ਹੈ, ਪੂਰੀ ਦੁਨੀਆ 'ਚ ਕੁਦਰਤੀ ਕਰੋਪੀ ਆ, ਜਿੱਥੇ ਇਟਲੀ ਫੇਲ ਹੋ ਗਈ, ਚਾਈਨਾ ਫੇਲ ਹੋ ਗਿਆ, ਇੰਗਲੈਂਡ ਫੇਲ ਹੋ ਗਿਆ, ਆਸਟ੍ਰੇਲੀਆ ਫੇਲ ਹੋ ਗਿਆ, ਅੱਜ ਅਮੈਰੀਕਾ ਸਾਰੀ ਬੁਰੀ ਤਰ੍ਹਾਂ ਲਪੇਟ 'ਚ ਆਇਆ। ਪਰ ਤੁਸੀਂ ਪਿੰਡ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਬੰਦਾ ਚਾਹੇ ਤਾਂ ਕੁਛ ਵੀ ਕਰ ਸਕਦਾ। ਮੈਂ ਆਪਣੀਆਂ ਦਿਲ ਦੀਆਂ ਗਹਿਰਾਂ 'ਚ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ ਡਾਬੇ ਹਲਕੇ ਦਾ ਨਾਂ ਪੂਰੀ ਦੁਨੀਆ 'ਚ ਅੱਜ ਪ੍ਰਧਾਨ ਮੰਤਰੀ ਨੇ ਵੀ, ਮੁੱਖ ਮੰਤਰੀ ਨੇ ਵੀ, ਸਾਰਿਆਂ ਨੇ ਵੀ ਅਗੇਤੇ ਤੋਂ ਸੇਧ ਲਓ ਭਾਈ, ਲੋਕਾਂ ਨੂੰ ਕਿਵੇਂ ਬਚਾਉਣਾ, ਆਹ ਜਿਹੜੀ ਨਾ ਮੁਰਾਦ ਬਿਮਾਰੀ ਹੈ ਇਹਨੂੰ ਕਿਵੇਂ ਰੋਕਿਆ ਜਾ ਸਕਦਾ। ਔਰ ਮੈਂ ਸਮਝਦਾ ਕਿ ਮੈਂ ਆਪਣੇ ਹਲਕੇ ਰਾਸ਼ਨ ਦੀ ਹੈ ਜੀ, ਜਿਹੜਾ ਗਰੀਬ ਪਰਿਵਾਰ ਨੇ, ਜਿਹੜੇ ਗਰੀਬ ਪਰਿਵਾਰ, ਇੱਕ ਤਾਂ ਚੀਫ ਮਿਨਿਸਟਰ ਸਾਹਿਬ ਨੇ ਹੁਕਮ ਕੀਤੇ ਨੇ 5000 ਰੁਪਇਆ ਪੰਚਾਇਤ ਆਪਣੇ ਫੜ ਕੰਮ ਜਾਣਾ, ਸਰਪੰਚ ਨੇ ਅਥਾਰਟੀ ਦੇ ਦਿੱਤੀ, ਸਰਪੰਚ ਆਪਣੀ ਚਿੱਠ ਦੇਗਾ, ਪਾਸ ਦੇਗਾ, ਪਾਸ ਬਣਾ ਕੇ ਸ਼ਹਿਰ ਜਾ ਕੇ ਤੁਸੀਂ ਲਿਆ। ਠੀਕ ਹੈ, ਦੇਖੋ ਦੁਨੀਆ 'ਤੇ ਆਪਾਂ ਲੰਗਰ ਲਾਏ, ਕਦੇ ਨੈਣਾ ਦੇਵੀ ਦਾ ਲਾਤਾ, ਕਦੇ ਹੋਲੇ ਮਹੱਲੇ ਦਾ ਲਾਤਾ, ਕਦੇ ਸਭਾ ਦਾ ਲਾਤਾ, ਚਲੋ ਉਹ ਵੀ ਲਾਉਣੇ ਜ਼ਰੂਰੀ ਨੇ, ਪਰ ਲੇਕਿਨ ਅੱਜ ਆਪਣਾ ਪਿੰਡ ਸੰਭਾਲਣਾ, ਉਹ ਪਿੰਡ ਦੇ ਅੰਦਰ ਆਉਣ ਵਾਸਤੇ ਆਇਆ ਹੀ ਨਹੀਂ, ਪਿੰਡ ਦੇ ਬਾਹਰ ਖੜ੍ਹ ਕੇ ਇਹਨਾਂ ਨੂੰ ਸ਼ਾਬਾਸ਼ ਦੇਣ ਵਾਸਤੇ ਹੈ, ਇੱਕ ਮਿਸਾਲ ਕਾਇਮ ਕੀਤੀ ਉਹਨਾਂ ਨੇ। ਇਹ ਚਾਹ ਦੀ ਗੱਲ ਕਹਿੰਦੇ ਸੀ, ਚਾਹ ਪੀ ਲਓ, ਮੈਂ ਜੇ ਅੱਜ ਮੈਂ ਚਾਹ ਦੀ ਸੁੱਚ ਖੋਲ੍ਹਦਾ ਤਾਂ ਕੰਮ ਖਰਾਬ ਹੋ ਜਾਏਗਾ। ਜਿਵੇਂ ਤੁਸੀਂ ਸੰਭਾਲਿਆ ਹੋਇਆ, ਲੋਕਾਂ ਨੂੰ ਸੇਧ ਦਿਓ, ਔਰ ਲੋਕ ਅੱਜ ਪੂਰੀ ਦੁਨੀਆ ਅਗੇਤੇ ਦੀ ਮਿਸਾਲ ਪੈਦਾ ਕਰ ਰਹੇ ਨੇ। ਔਰ ਮੈਂ ਹੁਣੇ ਅਗੇਤੀ 'ਚ ਲੰਘ ਕੇ ਆਇਆ ਪਿੰਡ, ਉਹ ਵੀ ਸਾਰਾ ਕੋਈ ਬੱਚਾ ਬਾਹਰ ਨਹੀਂ ਦਿਸਿਆ। ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਨਾਭੇ ਦੇ ਹਲਕੇ ਦੇ ਪਿੰਡ 'ਚੋਂ ਕੋਈ ਬਾਹਰ ਬੱਚਾ ਤੁਹਾਨੂੰ ਨਹੀਂ ਮਿਲੇਗਾ। ਆ ਮੈਂ ਕਈ ਪਿੰਡਾਂ 'ਚ ਘੁੰਮ ਕੇ ਆਇਆ, ਦੇਖ ਕੇ ਆਇਆ, ਕੋਈ ਬਾਹਰ ਬੰਦਾ ਨਹੀਂ। ਨਾ ਮੈਂ ਕਿਸੇ ਨੂੰ ਬੁਲਾਇਆ ਵੀ ਮੈਨੂੰ ਮਿਲੋ ਅਤੇ ਨਾ ਮਿਲੋ, ਨਾ ਕਾਹਦੇ ਵਾਸਤੇ ਮਿਲਣਾ। ਲੋਕ ਆਪੋ ਆਪਣੇ ਅੰਦਰ ਰਹਿਣ, ਆਪਣਾ ਬਚਾਅ ਆਪ ਕਰਨ। ਜਿੱਥੇ ਅਮੈਰੀਕਾ ਵਰਗੇ ਦੇਸ਼ ਦੀਆਂ ਜਿਹੜੀਆਂ ਕਹਿੰਦੇ ਮੈਨੂੰ ਪੁੱਛੇ ਬਗੈਰ ਦਿਨ ਨਹੀਂ ਚੜ੍ਹਦਾ, ਉਹਨਾਂ ਦੇ ਵੀ ਹੱਥ ਖੜ੍ਹੇ ਹੋ ਗਏ ਇਸ ਕਹਿਰ ਤੋਂ ਬਚਣ ਵਾਸਤੇ। ਸਾਨੂੰ ਕੁਦਰਤ ਦੀ ਕਰੋਪੀ ਵੈਸੇ ਤਾਂ ਅਕਾਲ ਪੁਰਖ ਠੀਕ ਕਰੇਗਾ, ਫਿਰ ਵੀ ਜਿੱਦਾਂ ਸਾਡੇ ਵੱਸ ਆ, ਇਹ ਛੂਹਣ ਵਾਲੀ ਬਿਮਾਰੀ ਆ। ਆਹ ਇੱਕ ਲੱਕੜ ਹੈ, ਮੈਂ ਇਹਨੂੰ ਛੂਹ ਗਿਆ, ਮੈਨੂੰ ਲੱਗੀ, ਰੱਬ ਨਾ ਕਰੇ ਇਹਨੂੰ ਕਿੰਨੇ ਛੂਹਣਗੇ, ਅੱਗੇ ਕਿੰਨੇ ਛੂਹਣਗੇ, ਲੱਖਾਂ 'ਤੇ ਕਰੋੜਾਂ 'ਤੇ ਪਹੁੰਚ ਜਾਂਦੀ ਇਹ ਗੱਲ। ਅੱਜ ਸਾਨੂੰ ਜ਼ਰੂਰਤ ਹੈ ਸਾਰਿਆਂ ਨੂੰ ਤਕੜੇ ਹੋ ਕੇ ਆਪਣੇ ਬਲ 'ਤੇ ਪਰਹੇਜ਼ ਕਰਕੇ, ਦਵਾਈ ਨਾਲੋਂ ਪਰਹੇਜ਼ ਚੰਗਾ ਹੁੰਦਾ। ਤੋਂ ਪਿੰਡ ਪੂਰਾ ਸਪਰੇਅ ਕਰਕੇ ਸਾਰੇ ਪਿੰਡ ਦੇ ਵਿੱਚ ਸੀਲ ਕੀਤਾ ਹੋਇਆ। ਅਸੀਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਪਿੰਡ ਦਾ ਇਹਨਾਂ ਨੇ ਹੌਂਸਲਾ ਵਧਾਇਆ ਪਿੰਡ ਦੇ ਵਿੱਚ ਆ ਕੇ, ਇਸ ਗੱਲ ਦਾ ਧੰਨਵਾਦ ਹੈ। ਅਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਹੋਰ ਪਿੰਡ ਨੇ, ਹੋਰ ਪਿੰਡ ਵੀ ਇਸੇ ਤਰ੍ਹਾਂ ਕਰ ਲੈਣ, ਇਹ ਭਿਆਨਕ ਬਿਮਾਰੀ ਤੋਂ ਅਸੀਂ ਤਾਂ ਹੀ ਬਚ ਸਕਦੇ।